बाण
जंगल। अक्सर घरों में अग लगदियां ने, असीं रोजाना जीवन में देखने का उन्हां अगां तो बचाओ लई कुछ लोगों को ट्रेनिंग भी दिती जाती है। हर महल्ले के नज़दीक फायर ब्रिगेड के ऑफिस भी बन जाते हैं, जिथे एक दो गड्डियां हमेशा अग बुझाने वाली तैयार रहिंदियां ने। मैं एग्जाम्पल बाबा कबीर जी के उस ऑफिस की दे रही तैयार रहिंदियां ने। इत्थे बस नहीं, उन्हां ते कोई ट्रैफिक का रूल भी लागू नहीं होंदा। रेड लाइट है उन्होंने भी रुकना पड़ेगा, ऐसी गल बिल्कुल नहीं। एक भरा क्यों? क्योंकि वक्त दियां सरकारां वक्त दे हाकम ये महसूस करते हैं कि उस नियम तोड़न नाल जे किसी की जान बचती हो, किसी का घर बचता हो, रेड लाइट के उस नियम पालना करन नाल उन्नी देर विच किसी की जान का नुकसान हो जाए, किसी का कीमती घर जल जाए, तो एक गल दरगुजर नहीं की जा सकती। इसलिए पहल इस गल दी भी जिस दे घर नूं अग लगी उन्दे वल्लों इतला आ चुकी है, हुण सानू रस्ते विच कोई रुकावट नहीं होनी चाहिए। इस रोजाना जिंदगी विच भी उस घर बचाने लई एक दो फायर ब्रिगेड दियां गड्डियां जे फिर लोड़ पवे तो होर वधा दे। एक घर का मसला है, ये भी असीं अक्सर इन्हां मुल्कां विच देखने हां जदों जंगलां नूं अग लग जांदी है। जंगलां नूं भी अग लगदियां ने, केवल घर नहीं जंगलों भी लगे। जंगलों का घेरा बहुत बड़ा होता है और अजीब घटना यह है, हालांकि जंगलों में जिन्हों दरख्तों अगर लगदिया ने वो दरखत हरे होंगे। कुछ गल् बड़िया विचार घर में तो लकड़ सुती लाई हुई, इतने समान भी ऐसा है घर का जेड़ा अग नू जीवन कहता है। पर दरखत जेड़े ने जंगलों के हरे भरे ने, ते लोग आखते ने हरे दरखत नू अग नहीं छेती नाल लगती। दूने भी बाड़ी कहने लगे सगन बास फूले एक रहे सूक कठूले, हर पासे वाशना होए हरे परे दरखत होन, बसंत दी रुत आई होए। ते उस टाइम ते कोई भी सुक्का काठ दरखत रह जाए हरा ना होए तो उन्हू अग छेती पकड़ करेगी। सुक्का काठ सुके दरखत असीं रोजाना जीवन के पिछोकड़ वल जदों देखने हैं ना, पुराने समय अंदर लोग जंगलों विच्चों लकड़ा लैण जांदे सन, ते उत्थे जिहड़े दरख्तां दीआं जिहड़ियां टाहणियां सुक जांदियां सन, उन्हां सुक्कियां टाहणियां नूं इकट्ठियां करके आ भट्ठियां वालियां बीबियां वी जिहड़ियां पुराने समय अंदर दाणे भुनदियां सन,
ਬਜ਼ੁਰਗਾਂ ਨੇ ਤਾਂ ਵੇਖਿਆ ਹੁਣ ਬੱਲੀਆਂ ਨੂੰ ਨਹੀਂ ਪਤਾ। ਉਹ ਵੀ ਸਾਰਾ ਦਿਨ ਲੱਕੜਾਂ ਚੁਗਣ ਜਾਂਦੀਆਂ ਸਨ, ਪਰ ਸੁੱਕੇ ਦਰਖਤਾਂ ਦੀਆਂ ਸੁੱਕੇ ਦਰਖਤਾਂ ਤੇ ਹੈਰਾਨਗੀ ਦੀ ਗੱਲ ਇਹ ਹੈ, ਜਿਸ ਅੱਗ ਦਾ ਅੱਜ ਜ਼ਿਕਰ ਬਾਬਾ ਕਬੀਰ ਕਰ ਰਹੇ ਨੇ ਉੱਥੇ ਸੁੱਕੇ ਦਰਖਤ ਦਾ ਜ਼ਿਕਰ ਨਹੀਂ, ਨਾ ਇੱਕ ਘਰ ਦਾ ਜ਼ਿਕਰ ਹੈ। ਕਿ ਜੇ ਭਰਾ ਹਰੇ ਦਰਖਤ ਨੂੰ ਅੱਗ ਲੱਗ ਜਾਏ, ਬਲਕਿ ਬਹੁਤ ਦੇਰ ਹੋਈ। ਮੈਂ ਇੱਕ ਵਾਰ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਪਾਣੀ ਨੂੰ ਵੀ ਅੱਗ ਲੱਗ ਜਾਂਦੀ, ਪਾਣੀ ਅੱਗ ਬੁਝਾਉਣ ਵਾਸਤੇ ਹੁੰਦਾ ਹੈ। ਕਈ ਵਾਰ ਆਪਸੀ ਟਕਰਾਓ ਐਸੀ ਚੀਜ਼ ਹੈ, ਉਹ ਪਾਣੀ ਨੂੰ ਵੀ ਅੱਗ ਲਾ ਦਿੰਦਾ ਹੈ। ਆਸਮਾਨ ਦੇ ਦੋ ਬੱਦਲ ਖੇਲਦੇ ਨੇ ਆਪਸ ਵਿੱਚ, ਪਾਣੀ ਹੁੰਦੇ ਉਹਨਾਂ ਵਿੱਚੋਂ ਅੱਗ ਨਿਕਲਦੀ ਹੈ, ਜਿਹਨੂੰ ਅਸੀਂ ਬਿਜਲੀ ਆਖਦੇ ਹਾਂ। ਉਹ ਆਮ ਅੱਗ ਦਾ ਤੋਂ ਜ਼ਿਆਦਾ ਖਤਰਨਾਕ ਬਣੀ, ਜਿੱਥੇ ਉਹ ਅੱਗ ਡਿੱਗ ਪਵੇ ਪਲਾਂ ਵਿੱਚ ਭਸਮ ਕਰ ਦਿੰਦੀ ਹੈ। ਹੁਣ ਸੋਚਣਾ ਹੈ, ਇੱਥੇ ਬਾਬਾ ਕਬੀਰ ਜੀ ਨੇ ਅੱਗ ਦਾ ਜ਼ਿਕਰ ਕੀਤਾ ਤੇ ਇੱਕ ਲਫ਼ਜ਼ ਨਾਲ ਵਰਤਿਆ, ਉਹ ਕੀ? ਸੜ ਰਹੀ ਲੱਕੜ ਜਾਂ ਸੜ ਚੁੱਕੀ ਲੱਕੜ, ਹੁਣ ਹੈ ਕਿ ਉੱਥੇ ਹਰਿਆਵਲ ਹੈ, ਹਰੀ ਭਰੀ ਹੈ, ਉਹਨੂੰ ਅੱਗ ਲੱਗ ਗਈ, ਸੜ ਕੇ ਕੋਲਾ ਹੋ ਗਈ। ਅੱਗ ਦਾ ਦੁੱਖ ਉਸਨੂੰ ਮਹਿਸੂਸ ਹੋਇਆ, ਅਹਿਸਾਸ ਤਾਂ ਹੋਇਆ ਨਾ। ਇਹ ਵੀ ਗੱਲ ਦੇਖਣੀ, ਉਹਨੂੰ ਅੱਗ ਲੱਗਣ ਦਾ ਅਹਿਸਾਸ ਤਾਂ ਹੋਇਆ ਨਾ, ਅੱਗ ਦਾ ਦੁੱਖ ਤੇ ਹੋਇਆ। ਉਹ ਅੱਗ ਦੇ ਦੁੱਖ ਨੇ ਅੱਗੇ ਆਉਣ ਵਾਲੇ ਦੁੱਖ ਦੀ ਇੱਕ ਚਿੰਤਾ, ਆਉਣ ਵਾਲੇ ਅੱਗ ਦੀ ਸੇਕ ਦੀ ਇੱਕ ਚਿੰਤਾ ਲਾ ਦਿੱਤੀ, ਫਿਕਰ ਲਾ ਦਿੱਤਾ। ਕਈ ਲੋਕ ਤੇ ਐਸੇ ਨੇ ਜਿਹੜੇ ਚਿੰਤਾ ਆਉਣ ਵਾਲੇ ਸਮੇਂ ਦੀ ਨਹੀਂ ਕਰਦੇ, ਬਚਾਓ ਲਈ ਬਿਲਕੁਲ ਕੁਝ ਨਹੀਂ ਸੋਚਦੇ। ਘਰ ਜਲ ਜਾਂਦਾ ਫਿਰ ਵੀ ਨਹੀਂ ਸੋਚਦੇ। ਪਰ ਇੱਥੇ ਹੈਰਾਨਗੀ ਦੀ ਗੱਲ ਹੈ, ਬਾਬਾ ਕਬੀਰ ਜੀ ਦੇ ਇਸ ਲਫ਼ਜ਼ ਵਿੱਚ ਬਹੁਤ ਸਾਰੇ ਐਸੇ ਨੁਕਤੇ ਨੇ ਜਿਹੜੇ ਸਮਝਣ ਵਾਲੇ ਨੇ। ਕਹਿੰਦੇ ਜੰਗਲ ਦੀ ਅੱਗ ਵਿੱਚ ਸੜੀ ਹੋਈ ਲੱਕੜ। ਜੰਗਲ ਦੀ ਅੱਗ ਦਾ ਮਤਲਬ ਹੈ ਬਹੁਤ ਆਤ ਵਿੱਚ ਲੱਗੀ ਹੋਈ ਅੱਗ। ਇਹੋ ਕਾਰਨ ਹੈ ਅਸੀਂ ਆਮ ਜੀਵਨ ਵਿੱਚ ਦੇਖ ਸਕਦੇ ਹਾਂ, ਘਰ ਨੂੰ ਅੱਗ ਲੱਗ ਜਾਏ ਛੇਤੀ ਬੁਝਾਉਣ ਦਾ ਇੰਤਜ਼ਾਮ ਹੋ ਸਕਦਾ ਹੈ, ਛੇਤੀ ਕੰਟਰੋਲ ਕਾਬੂ ਕਰ ਲਿਆ ਜਾਂਦਾ। ਪਰ ਜੇ ਜੰਗਲਾਂ ਨੂੰ ਅੱਗ ਲੱਗ ਜਾਏ ਤਾਂ ਕਈ ਕਈ ਮਹੀਨੇ ਸਰਕਾਰਾਂ ਦਿਨ ਰਾਤ ਲੱਗੀਆਂ ਰਹਿੰਦੀਆਂ ਨੇ, ਸਾਰੇ ਦੇਸ਼ ਦੇ ਸਾਧਨ ਇਕੱਠੇ ਕੀਤੇ ਜਾਂਦੇ ਨੇ, ਫਿਰ ਵੀ ਕਈ ਵਾਰ ਜੰਗਲਾਂ ਦੀ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਇਹ ਸਾਡੇ ਰੋਜ਼ਾਨਾ ਦੇਖਣ ਵਿੱਚ ਹੈ। ਕਿਉਂ? ਕਿਉਂਕਿ ਉਹ ਦੀ ਅੱਗ ਜਿਹੜੀ ਉਹ ਸੀਮਾ ਵਿੱਚ ਨਹੀਂ, ਹਰ ਦਰਖਤ ਨੂੰ ਲੱਗ ਚੁੱਕੀ। ਇੱਕ ਦਰਖਤ ਕੋਲੋਂ ਦੂਜੇ ਦਰਖਤ ਨੇ ਫੜ ਲਏ, ਦੂਜੇ ਕੋਲੋਂ ਤੀਜੇ ਨੇ ਲੱਗ ਗਏ। ਬਾਬਾ ਕਬੀਰ ਜੀ ਨੇ ਇੱਕ ਲਫ਼ਜ਼ ਬਣ ਵਰਤ ਕਹਿਣ ਲੱਗੇ, ਅੱਗ ਵਿੱਚ ਜਲੀ ਹੋਈ ਬਣਦੀ ਲੱਕੜ, ਉਹਨੇ ਅੱਗ ਦੇ ਸਾੜ ਨੂੰ, ਅੱਗ ਦੇ ਸੇਕ ਦਾ ਅਹਿਸਾਸ ਕੀਤਾ, ਦੁੱਖ ਮਹਿਸੂਸ ਕੀਤਾ। ਉਹਨੂੰ ਆਉਣ ਵਾਲੇ ਦੀ ਚਿੰਤਾ ਹੋ ਗਈ, ਦੁੱਖ ਦੀ ਚਿੰਤਾ ਹੋ ਗਈ। ਉਹਨੇ ਖਲੋ ਕੇ
मालिक अगे एक पुकार की ठंडी करे पुकार मालिक अगे एक पुकार की ओ एक है मेरे मालिक मैनू पता है अग का दुख की क्योंकि जल चुकी एक बार जनी है मैनू पता है अग का दुख की है ते मैनू डर है कि किते दूजी बार अग विच ना जल जाऊं ते दूजी बार कदों जलती है दो गलतां दा जिक्र इक्को लाइन विच कर दिंदा जो जंगलों अग लगती है जंगलों दी लकड़ा आदि जलियां कोले हो जांदियां ने ते उन्हां कोले नूं फिर खरीददा कौन है लोड़ किन्नूं हुंदी ओह हुंदी है लोहार नूं पर अज तक हो सकदा है किसे बच्चियां ने ना वेख्या होवे पुरातन समय अंदर सी लोहार वेखो कि पिंडां विच वी लोहार कम करदे सन आज जिहड़े पिंडां दे खेतीबाड़ी दे समान बणदे सन रूंबे कईआं चौं इह सारा कम लोहार करदे सन ते लोहार दे घर अंदर पंज चार चीज़ां बहुत जरूरी ने इक आरन इक एरन मैं एक बार कीती सी एरन ते आरन विच फर्क है जेड़ा लोहे का टुकड़ा मार करने लई अगे रखे हुंदा उन्हूं आरन कहिंदे ने ते जिंदे विच अग बलदी उस पट्ठी नूं एरन कहिंदे ने दो समान ते तीजा समान हथौड़ा चौथा समान सन्नी ते सन्नी तों इलावा फिर ਵਿੱਚ ਬਲ ਰਹੀ ਅੱਗ ਜੇ ਇਹਨਾਂ ਪੰਜਾਂ ਚੀਜ਼ਾਂ ਵਿੱਚੋਂ ਕੋਈ ਇੱਕ ਵੀ ਨਾ ਹੋਵੇ ਲੋਹਾਰ ਕੋਲ ਉਹ ਲੋਹਾਰ ਸਫਲ ਨਹੀਂ ਐਰਨ ਹੈ ਵਿੱਚ ਅੱਗ ਕੋਈ ਨਹੀਂ ਵਿੱਚ ਅੱਗ ਕੋਈ ਸਤਿਗੁਰ ਨੇ ਪਾਣੀ ਅੰਦਰ ਇੱਕ ਹੋਰ ਥਾਂ ਤੇ ਵੀ ਲਿਖਦਾ ਹੈ ਅੱਖੀ ਕਹਿਣ ਲੱਗੀ अगली बार जलन तो एक डर महसूस करके एहसास करके कि जलना केड़ा औखा है जलना कोई आसान नहीं होने तो कहा सी गुरु ने एवं नहीं आख्या जगत जलन का रख लै गुरु किसी भी अग किसी भी जलन नू महसूस कर रहा है ते पुकार पिया करता है ये जगत जलता मैं देख नहीं सकता जल रहा इन रख ते जेड़ा भला जगत दा जीव आप जल रहा है उनकी हालत इतने भी लफज ने कह लगे पुकार की कर दी है पुकार है कि दूजी बार ना जला कम से कम एक बार तो जल रही हाँ जरी दूजी बार ना जलना बड़ा औखा है बाबा कबीर कहन लगे कभी मन की दाढ़ी लकड़ी एग्जाम्पल कितने दे रहे हैं क्योंकि ये भी एक बड़ी गहराई की गल है बाबा कबीर वर्गा पुरुष सदियों पहले समय अंदर जदों
ਸਕੂਲ ਕਾਲਜ ਨਹੀਂ ਸਨ, ਪੜ੍ਹਾਈ ਦੇ ਵਿੱਦਿਆ ਦੇ ਕੋਈ ਸਾਧਨ ਨਹੀਂ ਸਨ। ਇੰਨੀ ਉੱਚੀ ਅਵਸਥਾ ਅਤੇ ਇੰਨੀ ਗਹਿਰੀ ਸੋਚ ਅਤੇ ਇਹੋ ਜਿਹੀਆਂ ਐਗਜ਼ਾਮਪਲ ਦੇਣ ਦੇ ਸਮਰੱਥ ਹੋਵੇ। ਹੁਣ ਉਹਦੀ ਐਗਜ਼ਾਮਪਲ ਦਾ ਸਮਝਦੇ, ਕਹਿੰਦੇ ਨੇ ਕਿਸੇ ਇੱਕ ਨੂੰ ਕੋਈ ਦੁੱਖ ਹੋਵੇ ਨਾ ਅਤੇ ਮੈਂ ਅੱਖਾਂ ਦਾ ਘਰ ਸੜ ਰਿਹਾ ਕਰ ਜਾਂਦੇ। ਪਰ ਮੈਂ ਕੀ ਦੇਖਣਾ, ਸੰਸਾਰ ਹੀ ਇੱਕ ਜੰਗਲ ਬਣ ਗਿਆ ਹੈ, ਕਿਉਂਕਿ ਘਰ ਦਾ ਅਤੇ ਸੰਸਾਰ ਦਾ ਇਹ ਫਰਕ ਹੈ। ਘਰ ਤਾਂ ਇੱਕ ਜਲੇਗਾ, ਉਹਦਾ ਉਪਰਾਲਾ ਉਪਾਅ ਬਚਾਉਣ ਦਾ ਹੋ ਜਾਏਗਾ, ਅਤੇ ਜਦੋਂ ਜੰਗਲਾਂ ਨੂੰ ਅੱਗ ਲੱਗੇਗੀ ਉੱਥੇ ਤੁਸੀਂ ਕਿਸ ਕਿਸ ਬੂਟੇ ਨੂੰ ਬਚਾਓ? ਗੁਰੂ ਨੇ ਬਾਣੀ ਵਿੱਚ ਕੋਈ ਆਖਿਆ ਕਹਿਣ ਲੱਗੇ ਵਾਲਾ ਹਰਾ ਬੂਟ ਰਹਿ ਜਾਂਦਾ ਹੈ, ਕੋਈ ਬੂਟਾ ਹਰਾ ਰਹਿ ਜਾਏ, ਸਾਰੇ ਜਲ ਜਾਂਦੇ। ਇੱਥੇ ਐਗਜ਼ਾਮਪਲ ਦੇਖਣੀ ਕਿੰਨੀ ਗੰਭੀਰ ਹੈ। ਕਹਿਣ ਲੱਗੇ ਸੰਸਾਰ ਇੱਕ ਜੰਗਲ ਹੈ, ਕਿਉਂਕਿ ਇੱਕ ਘਰ ਦਾ ਮਸਲਾ ਨਹੀਂ ਨਾ, ਘਰ ਘਰ ਇਹ ਹਾਲ। ਸੰਸਾਰ ਇੱਕ ਜੰਗਲ ਹੈ, ਇਹਨੇ ਪਹਿਲਾਂ ਮਾਤਾ ਦੇ ਗਰਭ ਵਿੱਚ ਅੱਗ ਵਿੱਚ ਬੈਠ ਕੇ ਦੇਖਿਆ, ਅੱਗ ਵਿੱਚ ਰਹਿ ਕੇ ਦੇਖਿਆ, ਜਠਰ ਅਗਨ ਮੈਂ ਰਹਿਤਾ ਉੱਥੇ ਰਿਹਾ। ਤੇ ਜਦੋਂ ਇਸਨੇ ਜਨਮ ਲਿਆ, ਜਦੋਂ ਆਇਆ ਇੱਥੇ, ਤਾਂ ਹੋਇਆ ਕਿ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਇੱਥੇ ਵੀ ਆ। ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਵਿੱਚ ਆਇਆ ਜਾਂ ਤੇ ਸੁਭਾਣਾ ਤਾਂ ਜੰਮਿਆ ਪਰਿਵਾਰ ਭਰਾ ਪਾਇਆ। ਹੁਣ ਅਗਲੇ ਪਾਸੇ ਦੇਖੋ, ਲਿਵ ਛੁੱਟੀ ਲੱਗੀ ਤ੍ਰਿਸ਼ਨਾ। ਮਾਇਆ ਦੀ ਅਗਨ ਕੀ ਹੈ? ਤ੍ਰਿਸ਼ਨਾ, ਤ੍ਰਿਸ਼ਨਾ ਇੱਕ ਅਗਨ ਹੈ ਜਿਹੜੀ ਦਿਨ ਰਾਤ ਜਲਦੀ। ਕਹਿਣ ਲੱਗੇ ਇਸ ਅਗਨ ਵਿੱਚ ਸਾਰਾ ਸੰਸਾਰ ਪਿਆ ਜਲਦਾ, ਉਹਦੇ ਵਿੱਚ ਮੈਂ ਵੀ ਆ ਗਿਆ। ਹੁਣ ਇੱਥੇ ਇੱਕ ਲਫ਼ਜ਼ ਹੈ, ਹੇ ਮੇਰੇ ਮਾਲਿਕ, ਮੈਂ ਸੁਣਿਆ ਸੀ ਇਸ ਸੰਸਾਰ ਵਿੱਚ ਰੱਬ ਦੀ ਹਰਿਆਵਲ ਹੈ, ਉਹਨੂੰ ਹਰੀ ਕਹਿੰਦੇ ਨੇ, ਹਰਿਆਵਲ ਕਹਿੰਦੇ ਨੇ, ਉਹ ਸੰਸਾਰ ਵਿੱਚ ਹੀ ਰਹਿੰਦਾ, ਬਾਹਰ ਥੋੜ੍ਹਾ ਹੋਵੇ। ਉਹ ਦੁਨੀਆ ਦੇ ਹਰ ਜੀਵ ਦੇ ਅੰਦਰ ਵੱਸਦਾ ਹੈ, ਘੱਟ ਘੱਟ ਮੈਂ ਹਰਜੂ ਵਸੇ। ਜਿਵੇਂ ਜੰਗਲ ਦੇ ਹਰ ਇੱਕ ਬੂਟੇ ਦੇ ਅੰਦਰ ਹਰਿਆਵਲ ਹੈ, ਇਸੇ ਤਰ੍ਹਾਂ ਮੇਰੇ ਰੱਬ ਦੀ ਹਰਿਆਵਲ ਜਿਹੜੀ ਹਰ ਜੀਵ ਦੇ ਅੰਦਰ ਹੈ। ਦੁਨੀਆਂ ਦਾ ਕੋਈ ਜੀਵ ਐਸਾ ਨਹੀਂ ਆਖੇ ਜਿਹਦੇ ਅੰਦਰ ਰੱਬ ਦੀ ਹਰਿਆਵਲ ਨਹੀਂ, ਤੇ ਉਸਦੇ ਚਾਨਣ ਸਭ ਮੈਂ ਚਾਨਣ ਹੋਏ, ਸਾਰਿਆਂ ਵਿੱਚ ਉਹਦੀ ਜੋਤ ਹੈ। ਤੇ ਜੇ ਸਾਰਿਆਂ ਵਿੱਚ ਉਹਦੀ ਹਰਿਆਵਲ ਹੈ ਤੇ ਫਿਰ ਮਾਇਆ ਦੀ ਤ੍ਰਿਸ਼ਨਾ ਜਿਹੜੀ ਹੈ ਉਹ ਵੀ ਸਾਰਿਆਂ ਨੂੰ ਲੱਗ ਰਹੀ ਹੈ। ਜਾਂ ਤੁਸੀਂ ਭਾਣਾ ਤਾਂ ਜੰਮਿਆ ਕਿ ਸੰਸਾਰ ਦੇ ਸਾਰੇ ਲੋਕ ਅਸੀਂ ਜਿਹੜੇ ਦੇਖਦੇ ਹਾਂ ਉਹ ਰੱਬ ਨਾਲ ਜੁੜੇ ਹੋਏ ਨੇ, ਕਿਹਨੂੰ? ਤ੍ਰਿਸ਼ਨਾ ਦੀ ਅੱਗ ਨਹੀਂ। ਇਹਦਾ ਮਤਲਬ ਸੰਸਾਰ ਇੱਕ ਐਸਾ ਜੰਗਲ ਹੈ ਜਿਹਦੇ ਵਿੱਚ ਹਰਿਆਵਲ ਰੂਪ ਰੱਬ ਰਹਿੰਦਾ, ਇਹਦੇ ਵਿੱਚ ਕੋਈ ਦੋ ਰਹਿ ਨਹੀਂ, ਕਿਉਂਕਿ ਸੰਸਾਰ ਹਰਾ ਭਰਾ, ਜੰਗਲ ਹਰਾ ਭਰਾ ਹੁੰਦਾ। ਕਹਿਣ ਲੱਗੇ ਸੰਸਾਰ ਇੱਕ ਐਸਾ ਜੰਗਲ ਹੈ ਜਿਹਦੇ ਵਿੱਚ ਰੱਬ ਰਹਿੰਦਾ, ਹਰਿਆਵਲ ਹੈ। ਪਰ ਦੂਜੇ ਪਾਸੇ ਸੰਸਾਰ ਇੱਕ ਐਸਾ ਜੰਗਲ ਹੈ ਜਿਹਨੂੰ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ, ਕੋਈ ਹਰਿਆ ਬੂਟ ਰਹੇ ਹੋ ਵੀ ਤ੍ਰਿਸ਼ਨਾ ਦੀ ਅੱਗ ਹਰ ਇੱਕ ਦੇ ਅੰਦਰ ਹੈ, ਮੈਨੂੰ ਵੀ, ਤੁਹਾਨੂੰ ਵੀ।
गरीब नू भी अमीर नू भी कि अमीर दी तृष्णा खत्म हो गई वो तां सियास खटे लख कोट दावे त्रिपत ना आवे माया पछे पावे कि किसे गृहस्थी नू तृष्णा है ते किसे साध नू तृष्णा नहीं हारक नू तृष्णा लगी हुई ओ अग किसे एक घर का मसला नहीं भी किसे फलाने आदमी दे अंदर तृष्णा है फलाने च नहीं नहीं हारक नू लग चुकी है ये तो जंगल दी अग है जिहड़ी हर बूटे नू लग चुकी है अजीब गल है हर बूटा हरियावल तो शुरू होया ते अग विच फस गया संसार जिहड़ा है दुनिया दा हर मनुख रब दी होंद नाल जुड़िया होया है घट घट मैं हर जू बसे रब परसारिया विच बैठा है हरियावल है पर तृष्णा सारिया नू लगी हुई है अग हरियावल ते अग दा मेल की कहन लगे नतीजा निकलिया कि संसार दा मनुख जिहड़ा है वह तृष्णा दी अग विच जल रहा है ऐथे एक अरदास है जीव जीव आत्मा अरदास कर दी हे मेरे मालिक मैं इस संसार विच आया सां भी ये तेरा घर है जे ये जग सच्चे की है कुछ ये तेरा घर है मैं भी तेरा घर बनांगा पर होया ये कि इत्थे आके की वेख्या अग उस तृष्णा की अग्न मैं भी जलिया हूँ मैनु एक दुख है कि ऐसा ना हो मन रूपी लुहार दे बस पै जावा मन दे विचारां तो बचा लै गुरमत दित दे विचार होन मन मत दे विचार ना हो मैं गुरु दे आखे लग के जीवन गुजारा मन दे आखे लग मैं मन दे वस विच ना जावा मत बस परों लुहार के मैनू डर हो रहा है संसार भी तो आ गया इतने तृष्णा भी है तृष्णा अगन भी है पर ओ लोग इस तृष्णा की अगन तो बचते ने जेड़े मन की पकड़ तो बाहर निकलते हैं ते मैनू दुख है कि ते इस अग तो जलन तो बाद मैं कि ते मन दे वासना पै जावां ओ मैनू दोबारा अपने हाथ विच आए हुए नू विकारां दी अग विच जलाएगा क्योंकि विकार भी एक अग ने जिहड़े मन दे वस विच जाण नाल लगदे ने गुरु दे वस विच जाण नाल नहीं गुरु कोल जाओ विकारां तो रहत होई दे साहब ने सतगुरु ने बाणी विच क्यों आखिया कहन लगे रहत रहत रह जाए विकारा जिहड़ा गुरु दी रहत नूं अपनाउंदा है मनु समझ लै उहदे विकार रह जांदे ने खतम हो जांदे ने हार जांदे ने कहन लगे हे मेरे मालिक कबीर बन की गादी लकड़ी जलती करे जली हो चुके ठाडी खड़ी होके पुकार कर दी मालिक मत बस परो लुहार के किते मैनू मुड़ के मन दे वासना पा दई अपने चरणा नाल जोड़ के रखी नहीं तो यह तो मैनू फिर विकारां दी अग विच सुट देवेगा एक अरदास है मत बस परो लुहार के जे मैं लुहार दे वस विच पई ਉਹ ਫਿਰ ਮੈਨੂੰ ਉਸ ਐਰਨ ਵਿੱਚ ਪਾ ਦੇਵੇਗਾ ਲੋਹਾਰ ਦਾ ਕੰਮ ਕੀ ਹੈ ਐਰਨ ਵਿੱਚ ਪਾਉਣਾ ਅੱਗ ਵਿੱਚ ਜਲਾਉਣਾ ਹਥੌੜਿਆਂ ਦੀ ਮਾਰ ਸੰਨੀ ਦੀ ਪਕੜ ਇਹ ਸਾਰਾ ਕੋਈ ਲੋਹਾਰ ਕੋਲ ਹੈ ਤੇ ਹੁਣ ਅਗਲੇ ਸੋਕ ਬੁਲਾਓ ਕਿ ਖੂਬਸੂਰਤ ਐਗਜ਼ਾਮਪਲ ਹੈ ਕਹਿਣ ਲੱਗੇ ਲੋਹਾਰ ਕੋਲ ਕਿਹੜੀਆਂ ਚੀਜ਼ਾਂ ਨੇ ਉਹ ਇੱਕ ਲੋਹਾਰ ਮਰ ਜਾਏ ਲੋਹਾਰ ਖਤਮ ਹੋ ਜਾਏ ਸੰਨੀ ਦਾ ਕੀ ਕੰਮ ਰਹਿ ਗਿਆ ਲੁਹਾਰ ਖਤਮ ਹੋ ਜਾਏ ਤਾਂ ਐਰਨ ਦਾ ਕੀ ਮਤਲਬ ਰਹਿ ਗਿਆ ਹਥੌੜਾ ਕੀ ਕੰਮ ਕਰੇਗਾ ਜਿੰਨਾ ਸਮਾਨ ਲੁਹਾਰ ਦੇ ਨਾਲ ਸੰਬੰਧਿਤ ਹੈ ਜਿਹਦੇ ਰਾਹੀਂ ਲੁਹਾਰ ਨੇ ਇਸ ਜੀਵ ਨੂੰ ਜਲਾਣਾ ਹੈ
ਬੜੀ ਖੂਬਸੂਰਤ ਗੱਲ ਇੱਕ ਵਾਰ ਗਰਜ ਕੀਤੀ ਸੀ ਕਿਸੇ ਸ਼ਾਇਰ ਨੇ ਆਖੀ ਕਿ ਸੀਖੇ ਕਬਾਬ ਹੈ ਹਮ ਕਰਵਟੇ ਹਾਸੂ ਬਦਲਤੇ ਹੈ ਜਬ ਜਲ ਜਾਤਾ ਹੈ ਯੇ ਪਹਿਲੂ ਤੋ ਵੋ ਪਹਿਲੂ ਬਦਲਤੇ ਸਾਡੀ ਹਾਲਤ ਇਹ ਹੋਈ ਕਹਿਣ ਲੱਗੇ ਮਨ ਦੀ ਹਾਲਤ ਕੀ ਹੈ ਮਨ ਨੇ ਸਮੀ ਨਾਲ ਪਕੜਿਆ ਹੋਇਆ ਹੈ ਅੱਗ ਵਿੱਚ ਧਰਿਆ ਹੋਇਆ ਤ੍ਰਿਸ਼ਨਾ ਦੀ ਅੱਗ ਵਿੱਚ ਆਸਾ ਦੀ ਅਰਮ ਦੇ ਵਿੱਚ ਕ੍ਰਿਸ਼ਨਾ ਦੀ ਅੱਗ ਬਲ ਰਹੀ ਹਥੌੜਾ ਲੋਭ ਦਾ ਤੇ ਅਰਮ ਮੋਹ ਦੀ ਥੱਲੇ ਜਿਹੜੀ ਲੋਹੇ ਦਾ ਪੀਸ ਇਹ ਸਾਰਾ ਕੁਝ ਆਖਰ ਸਬੰਧ ਤਾਂ ਲੁਹਾਰ ਨਾਲ ਰੱਖਦੇ ਨੇ ਜੇ ਲੁਹਾਰ ਮਰ ਜਾਏ ਤੇ ਇਹ ਸਾਰੀਆਂ ਚੀਜ਼ਾਂ ਨਿਕੰਮੀਆਂ ਹੋ ਸਕਦੀਆਂ ਨੇ ਜੇ ਲੁਹਾਰ ਮਰ ਗਿਆ ਨਾ ਸੰਨੀ ਕਿਸੇ ਕੰਮ ਹੈ ਨਾ ਹਾਰ ਕਿਸੇ ਕੰਮ ਇਹ ਸਾਰੀਆਂ ਚੀਜ਼ਾਂ ਨਿਕੰਮੀਆਂ ਹੋ ਜਾਣਗੀਆਂ ਜੇ ਲੁਹਾਰ ਮਰ ਜਾਏ ਤੇ ਲੁਹਾਰ ਹੈ ਮਨ ਤੇ ਪਹਿਲੀ ਪਹਿਲੇ ਸਲੋਕ ਵਿੱਚ ਆ ਚੁੱਕਾ ਮਤ ਬਸ ਪਰੋਂ ਲੁਹਾਰ ਕੇ ਲੁਹਾਰ ਹੈ ਮਨ ਤੇ ਗੁਰੂ ਨੇ ਇਸੇ ਲਈ ਆਵਾਜ਼ ਦੇ ਕੇ ਆਖ ਦਿੱਤੀ ਵਿਕਾਰਾਂ ਦੀ ਅਗਨੀ ਵਿੱਚ ਜਲ ਰਿਹਾ ਹੈ ਉਹ ਉਸ ਲੁਹਾਰ ਪਿੱਛੇ ਜਲ ਰਿਹਾ ਇਸ ਲਈ ਪਹਿਲਾਂ ਜ਼ਰੂਰੀ ਹੈ ਕਿ ਮਨ ਮਰੇ ਜਿਸ ਦਿਨ ਮਨ ਮਰ ਗਿਆ ਉਸ ਦਿਨ ਹੰਕਾਰ ਮਰ ਜਾਏਗਾ ਏਕ ਮਰਨ ਤੇ ਦੋਏ ਬੂਏ ਮਨ ਮਰਿਆ ਹਉਮੈ ਮਰ ਗਿਆ ਹੰਕਾਰ ਮਰ ਗਿਆ ਮਨ ਮਰਿਆ ਦੋਏ ਮਰਨ ਤੇ ਚਾਰ ਹੁਣ ਦੋ ਨਾਲ ਹੋਰ ਉੱਥੇ ਲੋਭ ਤੇ ਮੋਹ ਮਰ ਗਏ ਤੇ ਜਦੋਂ ਲੋਭ ਮੋਹ ਵੀ ਮਰ ਗਏ ਤੇ ਆਸਾ ਤ੍ਰਿਸ਼ਨਾ ਐਰਨ ਤੇ ਉਹਦੇ ਵਿੱਚ ਬਲ ਰਹੀ ਅੱਗ ਉਹ ਵੀ ਬੁੱਝ ਗਈ ਭੱਠੀ ਕਿੱਥੋਂ ਕੌਣ ਬਾਲੇਗਾ ਉਹਦੇ ਵਿੱਚ ਅੱਗ ਕਿਹੜੀ ਬਲੇ ਇਹ ਸਾਰਾ ਸਮਾਨ ਤਾਂ ਲੁਹਾਰ ਨੇ ਇਕੱਠਾ ਕਰਨਾ ਸੀ ਹੁਣ ਜਿਸ ਦਿਨ ਮਨ ਮਰਿਆ ਉਹਦੇ ਨਾਲ ਦੂਜਾ ਹੰਕਾਰ ਮਰ ਗਿਆ ਉਹਦੇ ਨਾਲ ਤੀਜਾ ਤੇ ਚੌਥਾ ਲੋਭ ਮੋਹ ਮਰ ਗਏ ਉਹਦੇ ਨਾਲ ਆਸਾ ਤੇ ਤ੍ਰਿਸ਼ਨਾ ਮਰ ਗਈਆਂ ਸਾਰਾ ਲੁਹਾਰ ਸਿਸਟਮ ਵੀ ਖਤਮ ਹੋ ਗਿਆ ਮੈਂ ਬਚ ਗਿਆ ਮੈਂ ਬਚ ਗਿਆ ਬਣ ਵਿੱਚ ਨਹੀਂ ਕਹਿੰਦੇ ਕਿ ਕਿਝ ਨਾ ਬੁੱਝੇ ਕਿਝ ਨਾ ਸੁੱਝੇ ਦੁਨੀਆਂ ਬੁੱਝੀ ਭਾਏ ਸਾਈਂ ਮੇਰੇ ਚੰਗਾ ਕੀਤਾ ਨਹੀਂ ਤਾਂ ਹਮ ਵੀ ਦੂਜਾ ਆਏ ਮੇਰੇ ਮਾਲਕ ਨੇ ਮੈਨੂੰ ਬਚਾ ਲਿਆ ਨਹੀਂ ਤੇ ਮੈਂ ਵੀ ਜਲ ਜਾਂਦੀ ਹਮ ਵੀ ਦਰ ਜਾ ਮੈਂ ਵੀ ਸੜ ਜਾਂਦੀ ਉਹਨੇ ਮੈਨੂੰ ਬਚਾ ਲਿਆ ਹੁਣ ਕਹਿਣ ਲੱਗੇ ਏਕ ਮਰਨ ਤੇ ਦੋ ਮੂਰੇ ਇੱਕ ਮਰਨ ਨਾਲ ਦੂਜਾ ਮਰਿਆ ਉਹ ਨਾਲ ਕਿਹੜਾ ਹੰਕਾਰ ਦੋਏ ਮਰਨ ਤੇ ਚਾਰ ਉਹਨਾਂ ਦੋ ਦੇ ਮਰਨ ਨਾਲ ਲੋਭ ਤੇ ਮੋਹ ਉਹ ਵੀ ਨਾਲ ਮਰ ਗਏ ਹੁਣ ਮਰਨ ਵਾਲੇ ਚਾਰ ਹੋ ਗਏ ਫਿਰ ਕਹਿਣ ਲੱਗੇ ਚਾਰ ਮਰਨ ਤੇ ਛੇ ਮੋਹ ਮਰ ਜਿਸ ਵੇਲੇ ਚਾਰੇ ਮਰ ਗਏ ਉਸ ਵੇਲੇ ਆਸਾ ਤੇ ਤ੍ਰਿਸ਼ਨਾ ਵੀ ਮਰ ਗਈਆਂ ਛੇ ਹੋ ਗਏ ਤੇ ਉਹ ਸਾਰਿਆਂ ਦੀ ਗਿਣਤੀ ਕਰਕੇ ਬੜੀ ਖੂਬਸੂਰਤ ਗੱਲ ਰੱਖਦੇ ਨੇ ਹੁਣ ਮੈਂ ਕੀ ਦੇਖਣਾ ਚਾਰ ਪੁਰਖ ਦੋਏ ਨਾਰ ਕਿਉਂਕਿ ਆਸਾ ਤ੍ਰਿਸ਼ਨਾ ਇਸਤਰੀ ਲਈ ਹੈ ਕਹਿਣ ਲੱਗੇ ਚਾਰ ਤਾਂ ਪੁਰਖ ਨੇ ਤੇ ਦੋ ਇਸਤਰੀਆਂ ਨੇ ਇਹ ਛੇ ਦੀਆਂ ਛੇ ਹੀ ਮਰ ਗਏ ਮਨੋ ਲੁਹਾਰ ਦਾ ਘਰ ਹੀ ਬਰਬਾਦ ਹੋ ਗਿਆ ਤੇ ਮੈਂ ਬੇਫਿਕਰ ਹੋ ਗਿਆ ਮੈਨੂੰ ਹੁਣ ਕਿਸ ਲੁਹਾਰ ਨੇ ਫੜਨਾ ਤੇ ਕਿੰਨਾ ਵਿਕਾਰਾਂ ਵਿੱਚ ਪਾਉਣਾ ਨਾ ਤ੍ਰਿਸ਼ਨਾ ਰਹੀ ਨਾ ਆਸਾ ਰਹੀ ਨਾ ਲੋਭ ਰਿਹਾ ਨਾ ਮੋਹ ਰਿਹਾ ਨਾ ਹੰਕਾਰ ਰਿਹਾ ਨਾ ਮਨ ਦੀ ਤਾਕਤ ਰਹੀ ਵੀ ਮੈਨੂੰ ਆਪਣੇ ਵਸ ਵਿੱਚ ਕਰ ਲਵੇ ਲੁਹਾਰ ਦਾ ਤਾਂ ਸਾਰਾ ਖਾਨਦਾਨ ਹੀ ਖਤਮ ਹੋ ਗਿਆ ਤੇ ਮੈਨੂੰ ਤਾਂ ਬੇਫਿਕਰੀ ਹੋ ਗਈ ਮੈਨੂੰ ਕੌਣ ਫੜ ਸਕਦਾ ਕਹਿਣ ਲੱਗੇ ਬਸ ਮੇਰੀ ਮਾਰੇ ਮੇਰੇ ਮਾਲਕ ਤੇਰੇ ਅੱਗੇ ਇਹੋ ਪੁਕਾਰ ਹੈ ਕਹਿਣ ਲੱਗੇ ਠੰਡੀ ਕਰੇ
शहीद बन की धरती लगी फिर मैनू विकारां दी अग विच जलाना शुरू कर देना है। ते इत्थे खुशी है ओ ए कि मैं की वेख्या मन भी मर गया है, मन दा सारा साजो समान भी व्यर्थ हो गया, मैं अपना जीवन सुरक्षित देख रहे कहते हैं। Thank you.
ਮਗਨ ਬਹੁਤ ਤਿਣ ਜਾਲੇ ਸੰਸਾਰ ਮਾਨੋ ਜੰਗਲ ਦੀ ਅੱਗ ਬਣ ਚੁੱਕਾ ਹੈ ਹਰ ਪਾਸੇ ਤ੍ਰਿਸ਼ਨਾ ਦੀ ਅੱਗ ਟਕਰਾਓ ਦੀ ਅੱਗ ਈਰਖਾ ਦੀ ਅੱਗ ਇਹ ਹਾਲਤ ਬਣ ਚੁੱਕੀ ਹੈ ਤੇ ਗੁਰੂ ਕਹਿੰਦੇ ਨੇ ਇਹ ਜੀਉ ਆਤਮਾ ਠਾਡੀ ਕਰੇ ਪੁਕਾਰ ਪੁਕਾਰ ਕਰਨੀ ਹੈ ਦੇਖੋ ਮੇਰੇ ਮਾਲਿਕ ਇਹ ਸੰਸਾਰ ਤਾਂ ਅੱਗ ਬਣ ਹੀ ਚੁੱਕਾ ਹੈ ਵੇਖੀ ਕਿਤੇ ਮੈਂ ਲੁਹਾਰ ਦੇ ਵਸ ਨਾ ਪੈ ਜਾਵਾਂ ਉਹਨੇ ਮੈਨੂੰ ਫਿਰ ਵਿਕਾਰਾਂ ਦੀ ਅੱਗ ਵਿੱਚ ਪਾ ਦੇਣਾ ਹੈ ਉਹਦੇ ਘਰ ਵਿਕਾਰਾਂ ਦੀ ਅੱਗ ਹੈ ਹਉਮੈ ਹੰਕਾਰ ਦੀ ਅੱਗ ਹੈ ਕੰਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਹੈ ਕਿਤੇ ਮੁੜ ਮੈਨੂੰ ਵਿਕਾਰਾਂ ਦੀ ਅੱਗ ਵਿੱਚ ਨਾ ਪਾ ਦੇਵੇ ਇਸ ਲਈ ਮੇਰੀ ਸੁਰੱਖਿਅਤਾ ਕਰ ਮੈਂ ਲੁਹਾਰ ਦੇ ਵਸ ਨਾ ਪਵਾਂ ਅਤੇ ਅਗਲੇ ਸਲੋਕ ਵਿੱਚ ਆਖਦੇ ਨੇ ਲੈ ਲੁਹਾਰ ਮਾਰ ਦਿੱਤਾ ਮਣ ਮਰਿਆ ਤਤ ਮਰ ਜਾਏ ਮਣ ਕਿਵੇਂ ਮਰਦਾ ਬੜਾ ਸਪਸ਼ਟ ਕਰ ਦਿੱਤਾ ਮਨ ਸ਼ਬਦ ਮਰਿਆ ਦੂਜੇ ਜਨਸਾ ਕਹਿਣ ਲੱਗੇ ਜਿਸ ਦਿਨ ਮਣ ਮਰ ਗਿਆ ਉਸ ਦਿਨ ਉਹਦੇ ਘਰ ਦਾ ਸਾਰਾ ਸਾਜੋ ਸਮਾਨ ਵੀ ਬੇਅਰਥ ਚਲਾ ਗਿਆ ਤੂੰ ਬੇਫਿਕਰ ਹੋ ਜਾ ਸੁਰੱਖਿਅਤ ਹੈ ਜੀਵ ਆਤਮੀ ਨੂੰ ਧੀਰਜ ਹੈ ਸੋ ਗੁਰੂ ਬਖਸ਼ਿਸ਼ ਕਰੇ ਇਸ ਸੰਸਾਰ ਦੀ ਬਲ ਰਹੀ ਜੰਗਲ ਦੀ ਅੱਗ ਵਾਂਗੂ ਸੰਸਾਰ ਦੇ ਇਸ ਸੇਕ ਤੋਂ ਬਚਣ ਲਈ ਸਾਨੂੰ ਮਨ ਦੇ ਵਸ ਨਾ ਪਾਵੇ ਗੁਰੂ ਬਖਸ਼ਿਸ਼ ਕਰਕੇ ਸਾਨੂੰ ਮਨ ਦੇ ਉਸ ਗ੍ਰਿਪ ਵਿੱਚੋਂ ਕੱਢ ਲਵੇ ਅਸੀਂ ਗੁਰਮਤ ਅਨੁਸਾਰ ਜੀਵੀਏ ਮਨ ਮਤ ਅਨੁਸਾਰ ਨਾ ਜੀਵੀਏ ਤਾਂ ਕਿ ਜੀਵਨ ਸੁਰੱਖਿਅਤ ਹੋ ਜਾਏ ਇਹਨਾਂ ਸ਼ਬਦਾਂ ਦਾ ਅਰਥ ਮਾਤਾ ਜਾ ਚੇਕਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕੋਈ